ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ, ਨਿਊਜ਼ ਟੀਵੀ 84 ਦੇ ਨਾਲ। ਵਿਊਅਰਸ, ਨਵੰਬਰ 84 ਦੀ ਸਿੱਖ ਨਸਲਕੁਸ਼ੀ ਦੀ ਤੀਵੀਂ ਦੁਖਦ ਯਾਦ ਦੁਨੀਆ ਭਰ ਵਿੱਚ ਬੈਠੀ 30 ਮਿਲੀਅਨ ਸਿੱਖਾਂ ਵੱਲੋਂ ਵੱਖ ਵੱਖ ਤਰੀਕਿਆਂ ਨਾਲ ਮਨਾਈ ਜਾ ਰਹੀ ਹੈ। ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਨੇ 1 ਨਵੰਬਰ ਨੂੰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ। ਇਸ ਪੰਜਾਬ ਬੰਦ ਦੇ ਸੱਦੇ ਨੂੰ ਵੱਖ ਵੱਖ ਜਥੇਬੰਦੀਆਂ ਵੱਲੋਂ ਪੂਰਨ ਹਮਾਇਤ ਦਿੱਤੀ ਗਈ ਹੈ। ਅੱਜ ਅਸੀਂ ਨਵੰਬਰ 84 ਦੀ ਸਿੱਖ ਨਸਲਕੁਸ਼ੀ, ਪੰਜਾਬ ਬੰਦ ਦੇ ਸੱਦੇ ਅਤੇ ਹੋਰ ਵੱਖ ਵੱਖ ਪੰਥਕ ਮੁੱਦਿਆਂ ਦੇ ਉੱਪਰ ਦੋ ਸ਼ਖਸੀਅਤਾਂ ਨਾਲ ਗੱਲਬਾਤ ਕਰਨ ਜਾ ਰਹੇ ਹਾਂ। ਸਭ ਤੋਂ ਪਹਿਲਾਂ ਅਸੀਂ ਗੱਲਬਾਤ ਕਰਦੇ ਹਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਜੀ ਨਾਲ, ਜਿਹੜੇ ਕਿ ਇਸ ਵੇਲੇ ਸਾਡੇ ਨਾਲ ਚੰਡੀਗੜ੍ਹ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਫਤਿਹ। ਭੈਣ ਜੀ, ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਤੁਹਾਡੇ ਕੋਲ ਇਹੀ ਜਾਣਨਾ ਚਾਹਾਂਗੇ ਕਿ ਤੁਹਾਡੀ ਜਥੇਬੰਦੀ ਸਿੱਖਸ ਫੋਰ ਜਸਟਿਸ ਨਾਲ ਮਿਲ ਕੇ ਕਾਫੀ ਸਮੇਂ ਤੋਂ ਨਵੰਬਰ 84 ਦੀ ਸਿੱਖ ਨਸਲਕੁਸ਼ੀ ਦਾ ਇਨਸਾਫ ਲੈਣ ਲਈ ਸੰਘਰਸ਼ ਕਰ ਰਹੀ ਹੈ। ਵੀਰ ਜੀ, ਤੁਸੀਂ ਆਪਣੇ ਮੰਤਵ ਵਿੱਚ ਕਿੰਨੇ ਕੁ ਸਫਲ ਹੋਏ ਹੋ? ਦੇਖੋ, ਸਮੁੱਚੀ ਸਿੱਖ ਕੌਮ ਦਾ ਜੋ ਫਰਜ਼ ਹੈ ਉਸ ਦੇ ਵਿੱਚ ਅਸੀਂ ਕਿਨਕਾ ਮਾਤਰ ਸਿੱਖਸ ਫਾਰ ਜਸਟਿਸ, ਜਿਹੜੀ ਕਿ ਮਨੁੱਖੀ ਹੱਕਾਂ ਹਕੂਕਾਂ ਦੀ ਰਾਖੀ ਲਈ ਬਣੀ ਹੋਈ ਜਥੇਬੰਦੀ ਹੈ ਔਰ ਕੈਨੇਡਾ, ਅਮੈਰੀਕਾ, ਵੱਖ ਵੱਖ ਦੇਸ਼ਾਂ ਵਿੱਚ ਬਾਖੂਬੀ ਸੇਵਾ ਕਰ ਰਹੀ ਹੈ, ਉਸ ਦੇ ਨਾਲ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਉਹ ਜਥੇਬੰਦੀ ਹੈ ਜਿਸ ਨੇ ਭਾਈ ਅਮਰੀਕ ਸਿੰਘ ਜੀ ਦੀ ਅਗਵਾਈ ਦੇ ਵਿੱਚ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਨਾਲ ਮੋਢੇ ਨਾਲ ਮੋਢਾ ਲਾ ਕੇ 6 ਜੂਨ 1984 ਨੂੰ ਸ਼ਹਾਦਤ ਪ੍ਰਾਪਤ ਕੀਤੀ ਤੇ ਸਾਡੇ ਫਰਜ਼ ਨੇ, ਅਸੀਂ ਫਰਜ਼ਾਂ ਦੀ ਪੂਰਤੀ ਵਾਸਤੇ ਲੜ ਰਹੇ ਹਾਂ। ਉਸ ਦੇ ਵਿੱਚ ਇੰਡੀਆ ਦੀ ਗੌਰਮੈਂਟ ਨੇ ਇਨਸਾਫ ਨਾ ਦੇਣ ਬਾਰੇ ਪੱਕਾ ਸੋਚਿਆ ਹੋਇਆ, ਲੇਕਿਨ ਅਸੀਂ ਇਨਸਾਫ ਦੀ ਜੰਗ ਦੇ ਵਿੱਚ ਸਮੁੱਚੀ ਸਿੱਖ ਕੌਮ ਨੂੰ ਜਗਾਉਣ ਵਾਸਤੇ, ਹਲੂਣਾ ਦੇਣ ਵਾਸਤੇ ਅਸੀਂ ਇੱਕ ਪਲੇਟਫਾਰਮ ਬਣਾਇਆ ਹੈ, ਉਸ ਦੇ ਉੱਪਰ ਪੰਜਾਬ ਬੰਦ ਦਾ ਸੱਦਾ ਦਿੱਤਾ ਹੈ ਜਿਸ ਦਾ ਸਾਨੂੰ ਪੂਰਨ ਸਮਰਥਨ ਮਿਲ ਰਿਹਾ। ਜੀ ਜੀ ਜੀ, ਤਾਂ ਵੀਰ ਜੀ, ਤੁਹਾਡੇ ਨਾਲ ਹੋਰ ਸੁਣਨ ਵਿੱਚ ਆਇਆ ਤੁਹਾਨੂੰ ਹੋਰ ਵੀ ਕਾਫੀ ਸਾਰੀਆਂ ਜਥੇਬੰਦੀਆਂ ਇਸ ਪੰਜਾਬ ਬੰਦ ਦੇ ਸੱਦੇ ਦੇ ਵਿੱਚ ਜੁੜ ਰਹੀਆਂ ਨੇ। ਜਿਸ ਤਰ੍ਹਾਂ ਵੀਰ ਜੀ, ਇਸ ਤਰ੍ਹਾਂ ਜਦੋਂ ਪੰਜਾਬ ਬੰਦ ਦੇ ਸੱਦੇ ਹੁੰਦੇ, ਇਸ ਕਿਸਮ ਦੇ ਜਿਹੜੇ ਬੰਦ ਦੇ ਖਿਲਾਫ ਦਲੀਲ ਦਿੱਤੀ ਜਾਂਦੀ ਆ ਕਿ ਇਸ ਨਾਲ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ, ਜਿਸ ਤਰ੍ਹਾਂ ਕਿਉਂਕਿ ਮੈਡੀਕਲ ਸਰਵਿਸਿਜ਼ ਹੁੰਦੀਆਂ, ਟਰੈਵਲਸ ਅਤੇ ਹੋਰ ਜਨ ਜੀਵਨ ਅਸਤ ਵਿਅਸਤ ਹੁੰਦਾ ਹੈ, ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਅਸੀਂ ਦੇਖੋ ਜੀ, ਤਕਰੀਬਨ 1 ਮਹੀਨਾ ਪਹਿਲਾਂ ਇਸ ਕਾਲ ਨੂੰ ਦਿੱਤਾ ਤਾਂ ਕਿ ਲੋਕ ਆਪਣੇ ਸਕੈਜੂਅਲ, ਆਪਣਾ ਸਿਸਟਮ ਜਿਹੜਾ ਉਹ ਇਸ ਤਰੀਕੇ ਨਾਲ ਬਣਾ ਲੈਣ ਕਿ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਨਾ ਹੋਵੇ, ਔਰ ਲਗਾਤਾਰ ਟੀਵੀ ਚੈਨਲਾਂ ਰਾਹੀਂ, ਮੀਡੀਆ ਰਾਹੀਂ ਔਰ ਸੋਸ਼ਲ ਨੈਟਵਰਕ ਦੇ ਉੱਪਰ, ਫੇਸ ਹੋਵੇ, ਟਵਿੱਟਰ ਹੋਵੇ, ਵਟਸਐਪ ਹੋਵੇ, ਅਸੀਂ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਕਰ ਰਹੇ ਹਾਂ, ਹਰੇਕ ਫਿਰਕੇ ਨੂੰ, ਕਿਉਂਕਿ ਕੋਈ ਵੀ ਧਰਮ ਗਲਤ ਨਹੀਂ ਹੁੰਦਾ, ਉਸ ਦੇ ਵਿੱਚ ਕੁਝ ਅਨਸਰ ਜਿਹੜੇ ਉਹ ਗਲਤ ਹੁੰਦੇ ਨੇ, ਲੇਕਿਨ ਜੋ ਨਵੰਬਰ 1984 ਨੂੰ, 1 ਨਵੰਬਰ ਨੂੰ ਸਿੱਖ ਕੌਮ ਦੇ ਨਾਲ ਵਾਪਰਿਆ ਉਹ ਮਨੁੱਖਤਾ ਦਾ ਕਾਂਡ ਸੀ, ਸਿੱਖ ਨਸਲਕੁਸ਼ੀ ਸੀ, ਇਸੇ ਕਰਕੇ ਪਿਛਲੇ ਸਾਲ ਵੀ 10 ਲੱਖ ਲੋਕਾਂ ਦੀ ਪਟੀਸ਼ਨ ਦਾਇਰ ਕੀਤੀ ਜਨੇਵਾ ਦੇ ਵਿੱਚ ਸੰਯੁਕਤ ਰਾਸ਼ਟਰ ਦੇ ਦਫ਼ਤਰ ਔਨ ਸਿੱਖ ਫਾਰ ਜਸਟਿਸ ਵੱਲੋਂ, ਜਿੱਥੇ 7 ਨਵੰਬਰ ਨੂੰ ਅਮੈਰੀਕਾ ਦੇ ਵਿੱਚ ਯੂਨਾਈਟਿਡ ਨੇਸ਼ਨ ਦੇ ਦਫ਼ਤਰ ਦੇ ਬਾਹਰ ਵੱਡਾ ਰੋਸ ਪ੍ਰਦਰਸ਼ਨ ਕੀਤਾ ਜਾ ਰਿਹਾ, ਉੱਥੇ ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ ਨੇ ਦਮਦਮੀ ਟਕਸਾਲ, ਖੰਡ ਕੀਰਤਨੀ ਜਥਾ ਔਰ ਜਿੰਨੀਆਂ ਸਿੰਘ ਸਭਾਵਾਂ ਔਰ ਪੰਥਕ ਜਥੇਬੰਦੀਆਂ ਦੇ ਸਹਿਯੋਗ ਨਾਲ ਇਹ ਪੰਜਾਬ ਬੰਦ ਦਾ ਸੱਦਾ ਦਿੱਤਾ, ਨਾਲ ਰੇਲਾਂ ਵੀ ਜਿਹੜੀਆਂ ਉਹ ਰੋਕੀਆਂ ਜਾਣਗੀਆਂ 5 ਵਜੇ ਤੋਂ ਲੈ ਕੇ ਸਵੇਰੇ 10 ਵਜੇ ਤੱਕ, ਦਿਨ ਦੇ ਵੇਲੇ ਇਹ ਜਿਹੜੀਆਂ ਰੇਲਾਂ ਦਾ ਰੋਕਣ ਦਾ ਵੀ ਫੈਸਲਾ ਕੀਤਾ ਗਿਆ। ਜੀ ਜੀ ਵੀਰ ਜੀ, ਬਿਕੋਜ਼ ਤੁਸੀਂ ਆਪਣੇ ਫੇਸਬੁੱਕ ਦੇ ਉੱਪਰ ਇਸ ਪੰਜਾਬ ਬੰਦ ਸੱਦੇ ਬਾਰੇ ਕਾਫੀ ਵੀਡੀਓਜ਼ ਪਾਈਆਂ ਸੀ, ਕਾਫੀ ਲੋਕਾਂ ਨੇ ਨੈਗੇਟਿਵ ਵਿਊ ਸੀ ਕਿ ਇਸ ਤਰ੍ਹਾਂ ਦੇ ਬੰਦ ਦੇ ਨਾਲ ਕੀ ਅਵੇਅਰਨੈਸ ਆਏਗੀ, ਜਿਹੜੇ ਇਸ ਤਰ੍ਹਾਂ ਲੋਕ ਨੇ, ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ? ਅਸੀਂ ਉਹਨਾਂ ਨੂੰ ਇਹੋ ਗੱਲ ਕਹਿਣਾ ਚਾਹੁੰਦੇ ਹਾਂ ਕਿ ਜਿਹੜੀ ਇੰਡੀਆ ਦੀ ਸੰਸਕ੍ਰਿਤੀ ਹੈ ਉਹ ਰਾਵਣ ਨੂੰ ਨਹੀਂ ਭੁੱਲੀ, ਰਾਵਣ ਨੇ ਕੋਈ ਬਹੁਤ ਵੱਡਾ ਗੁਨਾਹ ਨਹੀਂ ਸੀ ਕੀਤਾ, ਲੇਕਿਨ ਜੋ ਸੱਜਣ ਕੁਮਾਰ, ਜਗਦੀਸ਼ ਟਾਈਟਲਰ, ਕਮਲਨਾਥ ਨੇ ਔਰ ਇਹਨਾਂ ਦੀ ਅਗਵਾਈ ਦੇ ਵਿੱਚ, ਰਾਜੀਵ ਗਾਂਧੀ ਦੀ ਮੈਂ ਕਹਿੰਦਾ ਅਗਵਾਈ ਦੇ ਵਿੱਚ, ਡਿੱਗ ਵੀ ਜਿਹੜੇ ਅਮਿਤਾਬ ਬੱਚਨ ਉਹਨਾਂ ਦੀ ਅਗਵਾਈ ਦੇ ਵਿੱਚ, ਜੋ ਸਿੱਖ ਕੌਮ ਦੇ ਨਾਲ ਖੂਨ ਕਾ ਬਦਲਾ ਖੂਨ ਔਰ ਇੱਕ ਬੜਾ ਦਰਖਤ ਗਿਰਤਾ ਤੋਂ ਧਰਤੀ ਹਿਲਤੀ ਹੈ, ਇਸ ਤਰ੍ਹਾਂ ਦੇ ਸਲੋਗਨ ਦੇ ਕੇ ਜੋ ਸਿੱਖਾਂ ਦੀ ਨਸਲਕੁਸ਼ੀ ਕੀਤੀ ਗਈ, ਹੌਦ ਚਿਲੜ ਪਿੰਡ ਪੂਰੇ ਦਾ ਪੂਰਾ ਜਲਾਇਆ ਗਿਆ ਔਰ ਰਿਆਸੀ ਦੇ ਵਿੱਚ ਗੁਰਦੁਆਰੇ ਦੇ ਵਿੱਚ ਸਿੱਖਾਂ ਨੂੰ ਜਿੰਦਾ ਜਲਾਇਆ ਗਿਆ, ਇਹ ਜਿਹੜੇ ਗੁਰਦੁਆਰਾ ਸਾਹਿਬਾਂ ਦੇ ਉੱਪਰ ਅਟੈਕ ਸੀ ਔਰ ਇਹ ਜਿਹੜੀਆਂ ਸਾਰੀਆਂ ਘਟਨਾਵਾਂ ਨੇ ਇਹ ਕਦੀ ਅਸੀਂ ਭੁੱਲ ਨਹੀਂ ਸਕਦੇ। ਸੋ ਜਿਹੜੇ ਵੀਰ ਇਸ ਦੇ ਵਿਰੋਧ ਦੇ ਵਿੱਚ ਨੇ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਜੋ ਇੱਕ ਵਾਰ ਆਪਣੇ ਅੱਖਾਂ ਮੀਟ ਕੇ ਉਹ
ਜਿਹੜਾ ਭਿਆਨਕ ਦਰਦ ਹੈ ਉਸ ਨੂੰ ਵਿਚਾਰਨ ਜ਼ਰੂਰ, ਜਦੋਂ ਵਿਚਾਰਨਗੇ ਉਹ ਸਾਡੇ ਵਿਰੋਧ ਨਹੀਂ ਸਾਡੇ ਸਮਰਥਨ ਦੇ ਵਿੱਚ ਆਉਣਗੇ। ਬਿਲਕੁਲ ਬਿਲਕੁਲ ਵੀਰ ਜੀ, ਤੇ ਵੀਰ ਜੀ ਕੀ ਤੁਸੀਂ ਜਥੇਦਾਰ ਅਕਾਲ ਤਖ਼ਤ ਤੱਕ ਪਹੁੰਚ ਕੀਤੀ ਹੈ ਕਿ ਉਹ ਇਸ ਨੂੰ ਸਮੁੱਚੀ ਸਿੱਖ ਕੌਮ ਦਾ ਮੁੱਦਾ ਬਣਾ ਕੇ ਕੋਈ ਸਾਂਝੀ ਕਾਲ ਦੇਣ? ਬਿਲਕੁਲ ਜੀ, ਸਿੰਘ ਸਾਹਿਬ ਜੀ ਦਾ ਬੜਾ ਪੋਜ਼ਿਟਿਵ ਸਾਨੂੰ ਰਿਸਪੌਂਸ ਮਿਲਿਆ ਸੀ ਔਰ ਉਹਨਾਂ ਨੇ ਕਿਹਾ ਸੀ ਕਿ ਮੈਂ ਜੰਮੂ ਕਸ਼ਮੀਰ ਦੇ ਵਿੱਚ ਹਾਂ, ਜਦੋਂ ਵੀ ਅੰਮ੍ਰਿਤਸਰ ਸਾਹਿਬ ਆਵਾਂਗਾ ਔਰ ਤੁਸੀਂ ਆਓ, ਔਰ ਕਿਉਂਕਿ ਅਸੀਂ ਆਪਣੇ ਹੱਥੀਂ ਐਲਾਨ ਕੀਤਾ ਹੈ ਕਿ ਸਿੱਖ ਨਸਲ ਕੁਛੀ ਹੈ, ਦੰਗੇ ਨਹੀਂ ਸੀ, ਤੇ ਮੈਨੂੰ ਪੂਰਨ ਵਿਸ਼ਵਾਸ ਹੈ ਕਿ ਇਸ ਦੇ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਔਰ ਜਿੰਨੀਆਂ ਪੰਥਕ ਜਥੇਬੰਦੀਆਂ ਨੇ, ਅਕਾਲੀ ਧੜੇ ਨੇ, ਔਰ ਅਸੀਂ ਇਸ ਦੇ ਵਿੱਚ ਹਰੇਕ ਨੂੰ ਨਾਲ ਲੈ ਕੇ ਚੱਲ ਰਹੇ ਹਾਂ ਔਰ ਭਾਰਤੀ ਕਿਸਾਨ ਯੂਨੀਅਨ ਨੇ, ਯੂਥ ਕਲੱਬ ਏਵਨ ਟੀਚਰ ਜਿਹੜੇ ਨੇ, ETT ਯੂਨੀਅਨ ਪੰਜਾਬ ਦੀ ਸਭ ਤੋਂ ਜਿਹੜੀ ਸਟਰੋਂਗ ਜਥੇਬੰਦੀ ਹੈ, ਉਸ ਨੇ ਵੀ ਇਸ ਦੀ ਸਮਰਥਨ ਕੀਤਾ, ਧਰਮੀ ਫੌਜੀਆਂ ਨੇ ਸਮਰਥਨ ਕੀਤਾ ਔਰ ਹਰੇਕ ਪੱਖ ਤੋਂ TV84 ਨੂੰ ਮੈਂ ਬੇਨਤੀ ਆਪ ਜੀ ਨੂੰ ਵੀ ਕਰਾਂਗਾ ਕਿ ਅਵੇਅਰਨੈਸ ਪੈਦਾ ਕੀਤੀ ਜਾਵੇ, ਜਿਹੜੇ ਇੱਕ ਦਹਿਸ਼ਤ ਭਰਿਆ ਮਾਹੌਲ ਬਣਾਇਆ ਜਾਂਦਾ ਉਸ ਦੇ ਨਾਲ ਸਾਡਾ ਕੋਈ ਵਾਸਤਾ ਨਹੀਂ, ਅਸੀਂ ਪੂਰਨ ਤਰੀਕੇ ਦੇ ਨਾਲ ਪੰਜਾਬ ਬੰਦ ਨੂੰ ਕਾਮਯਾਬ ਕਰਨਾ। ਜੀ ਬਿਲਕੁਲ, ਤੇ ਵੀਰ ਜੀ ਇਹ ਵੀ ਸੁਣਨ ਵਿੱਚ ਆਇਆ ਕਿ ਨਵੰਬਰ 'ਚ ਆਸਰੇ ਸਿੱਖ ਨਸਲਕੁਸ਼ੀ ਸੰਬੰਧੀ ਸਿੱਖ ਹੋਰ ਵੀ ਸਿੱਖ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੈ ਕੇ ਯੂਨਾਈਟਿਡ ਨੇਸ਼ਨ ਦਿੱਲੀ ਤੱਕ ਮਾਰਚ ਦੇ ਪ੍ਰੋਗਰਾਮ ਕੀਤੇ ਜਾ ਰਹੇ ਨੇ, ਉਹ ਲਿਖੇ ਜਾ ਰਹੇ ਨੇ, ਇਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਪੂਰੀ ਜਾਣਕਾਰੀ ਦੇ। ਬਿਲਕੁਲ, ਬਹੁਤ ਬਹੁਤ ਚੰਗਾ ਉਪਰਾਲਾ ਜੀ, ਉਹਨਾਂ ਨੇ ਦਲ ਖਾਲਸਾ ਨੇ ਜਿਹੜਾ ਪ੍ਰੋਗਰਾਮ ਲਿਖਿਆ ਉਸ ਦੇ ਵਿੱਚ ਵੀ ਸਾਰਿਆਂ ਨੂੰ ਸ਼ਮੂਲੀਅਤ ਕਰਨੀ ਚਾਹੀਦੀ ਹੈ 2 ਤੇ 3 ਨਵੰਬਰ ਨੂੰ ਔਰ 1 ਨਵੰਬਰ, ਕਿਉਂਕਿ 3 ਦਿਨ ਇਸ ਤਰ੍ਹਾਂ ਦੇ ਨੇ ਜਿਸ ਦੇ ਵਿੱਚ ਸਿੱਖ ਕੌਮ ਦੀ ਨਸਲ ਕੁਸ਼ੀ ਲਈ ਇੱਕ ਵਿਉਂਤਬੰਦ ਤਰੀਕਾ ਜਿਹੜਾ ਉਹ ਲਿਖਿਆ ਗਿਆ, ਪਹਿਲਾਂ 6 ਜੂਨ ਨੂੰ, ਫਿਰ ਨਵੰਬਰ 1984 ਨੂੰ ਔਰ ਉਸ ਤੋਂ ਬਾਅਦ ਸਾਡੇ ਹਜ਼ਾਰਾਂ ਸਿੱਖ ਨੌਜਵਾਨ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਸ਼ਹੀਦ ਕੀਤੇ ਗਏ। ਸੋ ਇਹ ਜਿਹੜੇ ਕੋਈ ਵੀ ਜਥੇਬੰਦੀ ਪ੍ਰੋਗਰਾਮ ਲਿਖਦੀ, ਮਾਨ ਸਾਹਿਬ ਨੇ 31 ਅਕਤੂਬਰ ਨੂੰ ਸ਼ਹੀਦ ਅਮਰ ਸ਼ਹੀਦ ਭਾਈ ਬੇਅੰਤ ਸਿੰਘ ਜੀ ਨੂੰ ਸ਼ਰਧਾਂਜਲੀ ਦੇਣ ਲਈ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਇੱਕ ਸਮਾਗਮ ਰੱਖਿਆ ਜਿਸ ਦੇ ਵਿੱਚ ਅਸੀਂ ਹਰ ਸਾਲ ਸ਼ਮੂਲੀਅਤ ਕਰਦੇ ਹਾਂ। ਗੁਰਚਰਨ ਸਿੰਘ ਬੱਬਰ ਨੇ 31 ਅਕਤੂਬਰ ਨੂੰ ਨਰਿੰਦਰ ਮੋਦੀ ਦੇ ਘਰ ਦਾ ਘਰਾਓ ਦਾ ਪ੍ਰੋਗਰਾਮ ਲਿਖਿਆ, ਉਹ ਵੀ ਸ਼ਲਾਘਾਯੋਗ ਹੈ। ਜਿੰਨੀਆਂ ਵੀ ਪੰਥਕ ਜਥੇਬੰਦੀਆਂ ਦੇਸ਼ ਵਿਦੇਸ਼ ਦੇ ਵਿੱਚ ਇਹਨਾਂ ਸ਼ਹੀਦਾਂ ਨੂੰ ਸ਼ਰਧਾਂਜਲੀ ਦੇਣ ਲਈ ਕੋਈ ਵੀ ਪ੍ਰੋਗਰਾਮ ਲਿਖ ਰਹੀਆਂ ਨੇ, ਆਲ ਇੰਡੀਆ ਸਿੱਖ ਸਟੂਡੈਂਟਸ ਫੈਡਰੇਸ਼ਨ, ਸਿੱਖ ਫਾਰ ਜਸਟਿਸ ਉਹਦੇ ਨਾਲ ਪੂਰੀ ਤਰ੍ਹਾਂ ਸਹਿਮਤ ਤੇ ਸਹਿਯੋਗੀ ਹੈ। ਹਾਂਜੀ ਬਿਲਕੁਲ ਵੀਰ ਜੀ, ਲਾਈਕ ਵੀ ਅਗਰੀ ਵਿਦ ਯੂ ਐਂਡ ਅਸੀਂ ਆਲਸੋ ਆਸ ਕਰਦੇ ਕਿ ਜਿਹੜਾ ਪੰਜਾਬ ਬੰਦ ਸੱਦਾ ਤੁਸੀਂ ਕਿ ਦਿੱਤਾ ਹੈ ਸਾਰਿਆਂ ਨੂੰ, ਇਹ ਬਹੁਤ ਚੰਗੀ ਤਰ੍ਹਾਂ ਸਫਲ ਹੋਏ ਵਿਦਆਊਟ ਐਨੀ ਪ੍ਰੋਬਲਮ। ਆਲਸੋ ਜਿਸ ਤਰ੍ਹਾਂ ਸਿੱਖਸ ਫੋਰ ਜਸਟਿਸ ਵੱਲੋਂ ਪ੍ਰੋਗਰਾਮ ਲਿਖਿਆ ਗਿਆ ਹੈ ਨਵੰਬਰ 7th ਨੂੰ, ਐਜ਼ ਯੂ ਆਲਰੇਡੀ ਸੈਡ ਕਿ ਯੂਨਾਈਟਿਡ ਨੇਸ਼ਨ ਦੇ ਮੋਹਰੇ ਅਸੀਂ ਸਿੱਖ ਸੰਗਤਾਂ ਨੂੰ ਕਹਾਂਗੇ ਕਿ ਉਹ ਵੀ ਉੱਥੇ ਪਹੁੰਚਣ, ਸਾਡਾ ਸਪੋਰਟ ਕਰਨ। ਆਲਸੋ ਜਿਹੜੀਆਂ ਹੋਰ ਜਥੇਬੰਦੀਆਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਲੈ ਕੇ ਯੂਨਾਈਟਿਡ ਨੇਸ਼ਨ ਜਿਹੜਾ ਦਿੱਲੀ ਦੇ ਵਿੱਚ ਵਾ, ਉਸ ਬਾਰੇ ਵੀ ਪ੍ਰੋਟੈਸਟ ਕੀਤਾ ਜਾ ਰਿਹਾ, ਮਾਰਚ ਕੀਤਾ ਜਾ ਰਿਹਾ, ਉਸ ਵਿੱਚ ਵੀ ਜਾ ਕੇ ਆਪਣੀ ਸ਼ਮੂਲੀਅਤ ਕਰਨ। ਐਂਡ ਥੈਂਕ ਯੂ ਸੋ ਮਚ ਵੀਰ ਜੀ ਫੋਰ ਐਵਰੀਥਿੰਗ। ਆਲਸੋ ਜਿਸ ਤਰ੍ਹਾਂ ਗੱਲ ਕੀਤੀ ਕਿ ਇੰਨੇ ਸਾਲਾਂ ਬਾਅਦ ਅਗਰ ਇਹ ਰਾਵਣ ਨੂੰ ਨਹੀਂ ਭੁੱਲ ਸਕੇ ਤੇ ਅਸੀਂ ਇਹਨਾਂ ਬੁੱਚਰਾਂ ਨੂੰ ਕਿਸ ਤਰ੍ਹਾਂ ਭੁੱਲ ਸਕੇ, ਜਿਸ ਤਰ੍ਹਾਂ ਸਾਡੇ ਪੰਜਾਬ ਦੇ ਬੱਚੇ ਜਾਂ ਫਿਰ ਸਾਰੇ ਦਿੱਲੀ ਦੇ ਵਿੱਚ ਕਾਫੀ ਲੋਕਾਂ ਦੇ ਪਰਿਵਾਰ ਨੇ ਕੋਹ ਕੋਹ ਕੇ ਮਾਰਨੇ, ਸਿੱਖ ਬੱਚਿਆਂ ਨੂੰ ਜਲਾ ਦਿੱਤਾ ਇਹਨਾਂ ਨੇ, ਮਾਵਾਂ ਦੇ ਸਾਹਮਣੇ, ਮਾਵਾਂ ਦੇ ਰੇਪ ਕੀਤੇ ਨੇ ਬੱਚਿਆਂ ਸਾਹਮਣੇ। ਸੋ ਦਿਸ ਇਜ਼ ਸਮਥਿੰਗ ਨਾਟ ਵੈਰੀ ਫੋਰਗਿਵੇਬਲ ਔਰ ਫੋਰਗੈਟੇਬਲ, ਕਿਉਂਕਿ ਇਹ ਲੋਕ ਸੋਚਦੇ ਨੇ, ਸਰਕਾਰਾਂ ਸੋਚਦੀਆਂ ਨੇ ਕਿ 30 ਸਾਲ ਹੋ ਗਏ ਨੇ ਜਿਹੜੇ ਨਵੰਬਰ 84 ਦੇ ਵਿਕਟਮ ਸੀਗੇ ਉਹ ਬੁੱਢੇ ਹੋ ਗਏ ਨੇ ਜਾਂ ਬਜ਼ੁਰਗ ਹੋ ਗਏ ਨੇ, ਪਰ ਉਹਨਾਂ ਨੂੰ ਇਹ ਜਾਣਨ ਦੀ ਜ਼ਰੂਰਤ, ਇਸ ਤਰ੍ਹਾਂ ਜਿਹੜੇ ਪ੍ਰੋਟੈਸਟ ਕਰਦੇ ਹਾਂ ਆਪਾਂ ਦੁਨੀਆ ਭਰ ਦੇ ਵਿੱਚ, ਉਹ ਇਸ ਤਰ੍ਹਾਂ ਅਵੇਅਰਨੈਸ ਆਉਂਦੀ ਹੈ ਬੱਚਿਆਂ ਦੇ ਵਿੱਚ, ਯੰਗਰ ਜਨਰੇਸ਼ਨ ਦੇ ਵਿੱਚ ਅਵੇਅਰਨੈਸ ਆਉਂਦੀ ਹੈ, ਉਹਨਾਂ ਨੂੰ ਜਾਣਨਾ ਚਾਹੀਦਾ ਕਿ ਸਾਡੇ ਨਾਲ ਕੀ ਹੋਇਆ ਸੀ। ਆਲਸੋ ਇਸ ਤਰ੍ਹਾਂ ਦੀ ਅਵੇਅਰਨੈਸ ਦੇ ਨਾਲ ਅਸੀਂ ਕਦੀ ਵੀ ਜ਼ਿੰਦਗੀ ਦੇ ਵਿੱਚ ਨਹੀਂ ਭੁੱਲਾਂਗੇ, ਨਾ ਹੀ ਭੁੱਲਣ ਦੇਵਾਂਗੇ ਆਪਣੇ ਬੱਚਿਆਂ ਨੂੰ ਕਿ ਸਾਡੇ ਨਾਲ ਕੀ ਹੋਇਆ ਸੀ, ਸਾਡੇ ਬਜ਼ੁਰਗਾਂ ਨਾਲ ਕੀ ਹੋਇਆ ਸੀ। ਸੋ ਜਿਹੜੀ ਇੰਡੀਅਨ ਗਵਰਨਮੈਂਟ ਸੋਚਦੀ ਹੈ ਕਿ ਫੋਰਗਿਵ ਆਈ ਮੀਨ ਫੋਰਗੈਟ ਐਂਡ ਦੈਟ ਇਟ ਵਿਲ ਨੈਵਰ ਹੈਪਨ, ਅਸੀਂ ਵੀ ਕਦੀ ਨਹੀਂ ਭੁੱਲਾਂਗੇ ਇਸ ਚੀਜ਼ ਨੂੰ। ਤੇ ਵੀਰ ਜੀ, ਜਿਸ ਤਰ੍ਹਾਂ ਯੰਗਰ ਜਨਰੇਸ਼ਨ ਇਸ ਵੇਲੇ ਤੁਹਾਨੂੰ ਵੇਖ ਰਹੀ ਹੈ, ਸੁਣ ਰਹੀ ਹੈ, ਵੀ ਹੈਵ ਓਨਲੀ 2 ਮਿੰਟਸ, ਵਾਟ ਡੂ ਯੂ ਵਾਂਟ ਟੂ ਸੇ ਟੂ ਦੈਮ? ਮੈਂ ਸਿਰਫ ਇੰਨਾ ਕਹਿਣਾ ਚਾਹਾਂਗਾ, ਅਮਰੀਕਾ, ਕੈਨੇਡਾ ਔਰ ਜਿੱਥੋਂ ਤੱਕ ਮੇਰੀ ਆਵਾਜ਼ ਜਾ ਰਹੀ ਹੈ ਕਿ 1 ਨਵੰਬਰ ਨੂੰ ਆਪਣੇ ਪਰਿਵਾਰਾਂ ਨੂੰ ਇੱਥੋਂ ਸਨੇਹ ਲਗਾਓ, ਔਰ ਕਿਉਂਕਿ ਤੁਸੀਂ ਬਹੁਤ ਜ਼ਿਆਦਾ ਅਵੇਅਰ ਹੋ ਔਰ ਤੁਸੀਂ ਇਸ ਗੱਲ ਨੂੰ ਮਹਿਸੂਸ ਕਰਦੇ ਹੋ, ਜੋ ਦੁੱਖ ਦਰਦ ਸਿੱਖ ਕੌਮ ਦਾ ਹੈਗਾ ਉਸ ਦੇ ਵਿੱਚ ਤੁਹਾਡੀ ਕੰਟਰੀਬਿਊਸ਼ਨ ਸਭ ਤੋਂ ਜ਼ਿਆਦਾ ਹੈ, ਔਰ 7 ਨਵੰਬਰ ਨੂੰ ਵੀ ਤੁਸੀਂ ਜਿਹੜਾ ਸਿੱਖਸ ਫਾਰ ਜਸਟਿਸ ਵੱਲੋਂ ਇੱਕ ਵੱਡਾ ਵਿਸ਼ਾਲ ਜਿਹੜਾ
ਪ੍ਰਦਰਸ਼ਨ ਕੀਤਾ ਜਾ ਰਿਹਾ ਉਸ ਦੇ ਵਿੱਚ ਸ਼ਾਮਿਲ ਹੋਵੋ ਔਰ ਜਿੰਨੇ ਵੀ ਪੰਥਕ ਜਥੇਬੰਦੀਆਂ ਵੱਲੋਂ ਪ੍ਰੋਗਰਾਮ ਲਿਖੇ ਗਏ ਨੇ ਉਹਨਾਂ ਸਾਰਿਆਂ ਦੇ ਵਿੱਚ ਵੱਧ ਚੜ ਕੇ ਸ਼ਾਮਿਲ ਹੋਵੋ ਆਪਣੇ ਸ਼ਹੀਦਾਂ ਨੂੰ ਨਾ ਭੁੱਲੋ ਜਿਹੜੀਆਂ ਕੌਮਾਂ ਆਪਣੇ ਸ਼ਹੀਦਾਂ ਨੂੰ ਭੁੱਲ ਜਾਂਦੀਆਂ ਉਹ ਕੌਮਾਂ ਇਤਿਹਾਸ ਵਿੱਚ ਜਿੰਦਾ ਨਹੀਂ ਰਹਿੰਦੀਆਂ ਸਿੱਖ ਕੌਮ ਇੱਕ ਜਿੰਦਾ ਕੌਮ ਹੈ ਔਰ ਜਿੰਦਾ ਦਿਲ ਕੌਮ ਹੈ ਔਰ ਵਿਲੱਖਣ ਕੌਮ ਹੈ ਇਸ ਦੀ ਵਿਲੱਖਣਤਾ ਇਸ ਵਿੱਚ ਕਿ ਜ਼ੁਲਮ ਕਰਨਾ ਪਾਪ ਹੈ ਜ਼ੁਲਮ ਸਹਿਣਾ ਉਸ ਤੋਂ ਵੀ ਵੱਡਾ ਪਾਪ ਹੈ ਸੋ ਆਓ 1 ਨਵੰਬਰ ਨੂੰ ਪੰਜਾਬ ਬੰਦ ਵਿੱਚ ਸੰਪੂਰਨ ਰੂਪ ਦੇ ਵਿੱਚ ਸਹਿਯੋਗ ਸਾਥ ਦਈਏ ਜੇਕਰ ਕਰਨੈਲ ਸਿੰਘ ਪੀਰ ਮੁਹੰਮਦ ਨਾਲ ਕੋਈ ਨਿੱਜੀ ਕਿਸੇ ਦਾ ਕੋਈ ਵਿਰੋਧ ਹੈ ਉਸ ਨੂੰ ਪਾਸੇ ਰੱਖ ਕੇ ਮੈਂ ਇੱਕ ਕਿਣਕਾ ਮਾਤਰ ਪੰਥ ਦੀ ਸੇਵਾ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ ਮੇਰੇ ਵਿਰੋਧ ਨਾਲ ਕੋਈ ਫਰਕ ਨਹੀਂ ਪੈਣਾ ਲੇਕਿਨ ਕੌਮ ਦੇ ਇਸ ਮਸਲੇ ਦੇ ਵਿੱਚ ਸਾਥ ਤੇ ਸਹਿਯੋਗ ਦਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਤਾਂ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਆਪਣਾ ਟਾਈਮ ਕੱਢ ਕੇ ਸਾਰੇ ਦਰਸ਼ਕਾਂ ਦੇ ਰੂਬਰੂ ਹੋਏ ਪੂਰੇ ਇਸ ਪੰਜਾਬ ਬੰਦ ਸੱਦੇ ਦੇ ਬਾਰੇ ਸਾਰੇ ਦਰਸ਼ਕਾਂ ਨੂੰ ਅਵੇਅਰਨੈਸ ਕਰਵਾਈ ਹੁਣ ਅਸੀਂ ਤੁਹਾਡੇ ਕੋਲ ਆਜ਼ਾਦ ਲੈਂਦੇ ਹਾਂ ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਅੱਜ ਫਤਿਹ ਟੀਵੀ 24 ਦਾ ਬਹੁਤ ਵੀਰ ਜੀ ਟੀਵੀ 84 84 ਜੀ 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 ਵੀਰ ਜੀ ਹਾਂ 84 ਸੋਰੀ ਜੀ ਨੋ ਪ੍ਰੋਬਲਮ ਜੀ ਵੀਰ ਜੀ ਤੇ ਥੈਂਕ ਯੂ ਸੋ ਮਚ ਸੋ ਵਿਅਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ ਕੀਪ ਵਾਚਿੰਗ ਨਿਊਜ਼ ਟੀਵੀ 84 ਵਿਲ ਬੀ ਰਾਈਟ ਬੈਕ ਆਫਟਰ ਸ਼ੋਰਟ ਬ੍ਰੇਕ